ਨਾ ਫੂਲਕੇ ਬਣਾ ਕੇ ਚਾਦਰ ਦੇ ਕਬਜ਼ਾ ਮਿਲ ਜਾਣਾ ਇੱਥੇ ਲੋਹੇ ਦੇ ਫਿਰ ਤੇ ਢੋਲ ਰੱਖਣਾ ਬੱਚਿਆਂ ਸਾਰੇ ਸਾਡੇ ਤਾਰੇ ਹੁੰਦੇ ਚੌਹੀ ਪਾਸੇ ਪਿੰਡਾਂ ਦੇ ਦਸ ਅੱਠ ਨੌ ਨੌ ਬੰਦੇ ਨਾ ਇਹਨਾਂ ਇੰਨੀਆਂ ਕੁ ਬੱਜੀਆਂ ਬਣੀਆਂ ਸੀ ਦੋ ਕੁ ਦਾ ਢਾਈ ਦਾ ਟਾਈਮ ਸੀ ਜਿਹਦੇ ਗੂੰ ਜਾਵੇ ਪਿੱਛੇ ਤੇ ਲੋਕੋ ਪਾਣੀ ਆ ਗਿਆ ਲੋਕੋ ਪਾਣੀ ਆ ਗਿਆ ਬੱਬੇ ਲੋਕਾਂ ਖੜੇ ਪਾਣੀ ਹਿੰਦੁਸਤਾਨ ਚ ਵੀ ਲਾਸ਼ਾਂ ਆਉਂਦੀਆਂ ਸੀ ਸਿੱਖ ਵੀ ਆਉਂਦੇ ਸੀ ਇਹ ਬੇਰਾ ਉੱਥੇ ਜਿਹੜੇ ਗੱਡੀਆਂ ਵਿੱਚ ਸੀ ਨਾ ਉੱਥੇ ਰਹੇ ਕੋਈ ਨੀ ਰਿਹਾ ਸਾਰੇ ਰੁੜ ਗਏ ਅੱਗੇ ਫਿਰ ਪੁਆ ਸਾਡਾ ਗੱਡਾ ਜਦ ਪੁਆ ਤੇ ਇੱਦਾਂ ਖੜਾ ਹੋ ਗਿਆ ਲਾਸ਼ਾਂ ਬਹੁਤ ਲਾਸ਼ ਸੀ ਉੱਥੇ ਮੁਸਲਮਾਨਾਂ ਦੀ ਸਿੱਖਾਂ ਨੂੰ ਇਹਦੀ ਗੱਲ ਮੁਸਲਮਾਨਾਂ ਦੀਆਂ ਲਾਸ਼ਾਂ ਸੀ ਸਿੱਖਾਂ ਉਹ ਏਦਾਂ ਦੇਖਿਆ ਇੱਥੇ ਲਾਸ਼ ਇੱਥੇ ਮੌਜੂਦ ਨੇ ਔਰ ਅੱਜ ਅਸੀਂ ਇਹਨਾਂ ਬਜ਼ੁਰਗਾਂ ਕੋਲੋਂ 1947 ਦੀ ਆਪ ਬੀਤੀ ਸੁਣਾਂਗੇ ਕਿ ਕਿਹੜੇ ਕਿਹੜੇ ਹਾਲਾਤਾਂ 'ਚ ਗੁਜ਼ਰ ਕੇ ਪਾਕਿਸਤਾਨ ਤੱਕ ਪਹੁੰਚੇ ਔਰ ਜਦੋਂ ਵੰਡ ਹੋਈ 47 ਦੀ ਇਹਨਾਂ ਨੇ ਕਿਹੜੇ ਕਿਹੜੇ ਹਾਲਾਤ ਦਾ ਸਾਹਮਣਾ ਕੀਤਾ ਉਹ ਸਾਰੀ ਗੱਲਬਾਤ ਤੁਹਾਡੇ ਰੂਬਰੂ ਤੁਹਾਡਾ ਕੀ ਨਾਮ ਹਾਂਜੀ ਫਤਿਹ ਅਲੀ ਤੇ ਤੁਹਾਡੇ ਵਾਲਦ ਦਾ ਕੀ ਨਾਮ ਗੁਲਾਮ ਮੁਹੰਮਦ ਗੁਲਾਮ ਮੁਹੰਮਦ ਤੇ ਤੁਹਾਡੇ ਦਾਦੇ ਦਾ ਨਾਮ ਨੂਰ ਬਖਸ਼ ਨੂਰ ਨੂਰ ਬਖਸ਼ ਨੂਰ ਬਖਸ਼ ਠੀਕ ਹੋ ਗਿਆ ਆਪਣੀ ਕੌਮ ਅਵਾਨ ਅਵਾਨ ਠੀਕ ਤੇ ਤੁਸੀਂ ਕਿਹੜੇ ਜ਼ਿਲ੍ਹੇ ਚੋਂ ਆਏ ਸੀ ਉਧਰੋਂ ਅਸੀਂ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਅੱਛਾ ਜ਼ਿਲ੍ਹਾ ਜਲੰਧਰ ਹਾਂਜੀ ਠੀਕ ਤਹਿਸੀਲ ਤਹਿਸੀਲ ਵੀ ਜਲੰਧਰ ਤੇ ਪਿੰਡ ਕਿਹੜਾ ਸੀ ਆਪਣਾ ਧੋਗੜੀ ਧੋਗੜੀ ਹਾਂਜੀ ਠੀਕ ਹੋ ਗਿਆ ਧੋਗੜੀ ਜਲੰਧਰ ਚ ਸੀ ਨਾ ਪਿੰਡ ਹਾਂਜੀ ਠੀਕ ਹੋ ਗਿਆ 4 ਮੀਲ ਜਲੰਧਰ ਦਾ ਜਲੰਧਰ ਤੋਂ 4 ਮੀਲ ਜ਼ਿਲ੍ਹਾ ਵੀ ਤੁਹਾਡਾ ਜਲੰਧਰ ਸੀ ਤੇ ਤਹਿਸੀਲ ਵੀ ਜਲੰਧਰ ਜ਼ਿਲ੍ਹਾ ਵੀ ਜਲੰਧਰ ਸੀ ਥਾਣਾ ਆਦਮਪੁਰ ਸੀ ਥਾਣਾ ਆਦਮਪੁਰ ਹਾਂਜੀ ਅੱਛਾ ਬਜ਼ੁਰਗੋ ਧੋਗੜੀ ਪਿੰਡ ਸੀ ਉਸ ਪਿੰਡ ਦਾ ਨੰਬਰਦਾਰ ਕਿਹੜਾ ਸੀ ਉਦੋਂ ਉਹਦਾ ਨਾਮ ਇੱਕ ਨਹੀਂ ਨੰਬਰ ਲਾ ਲਈ ਕਿੰਨੀ ਨੰਬਰਦਾਰੀਆਂ ਸੀ ਉੱਥੇ ਨੰਬਰ ਲਾ ਤਿੰਨ ਇੱਕ ਨਾ ਲਤੀਫ ਸੀਗਾ ਅੱਛਾ ਇੱਕ ਨਾ ਕਜੂਮ ਖਾਨ ਸੀ ਪਠਾਨ ਸੀ ਗਏ ਅੱਛਾ ਤੇ ਦੂਏ ਦਾ ਨਾਮ ਸੀ ਗੁਲਾਮ ਰਸੂਲ ਗੁਲਾਮ ਰਸੂਲ ਉੱਥੇ ਜਨਾਬ ਉਸ ਪਿੰਡ ਦੇ ਵਿੱਚ ਪਿੰਡ ਬਹੁਤ ਵੱਡਾ ਸੀਗਾ ਪਠਾਨ ਵਾਲਾ ਪਿੰਡ ਸੀ ਅੱਛਾ ਪਠਾਨ ਲਿਆ ਜ਼ਬਰਦਸਤੀ ਨਾਲ ਪਹਿਲਾਂ ਧੁੱਕ ਲੈਂਦੇ ਤਾਂ ਨਾਲ ਧੋਲੀ ਤੇ ਆਇਆ ਸੀ ਅੱਛਾ ਪਠਾਨ ਲੈਂਦੇ ਉੱਥੇ ਚਾਰ ਉਹਦੀਆਂ ਚਾਰ ਪੱਤੀਆਂ ਪੈਂਦੀਆਂ ਅੱਛਾ ਤੇ ਤਿੰਨ ਨੰਬਰ ਲਾ ਸੀ ਇੱਕ ਦੋ ਸੀਗਾ ਤੇ ਬਾਕੀ ਕੱਲੇ ਕੱਲੇ ਕਿੰਨੀਆਂ ਮੱਝਦਾ ਸੀ ਪਿੰਡ ਚ ਮੱਝਦਾ ਸੀ ਵੀ ਪੰਜ ਪੰਜ ਮੱਝ ਬੜਾ ਤਕੜਾ ਪਿੰਡ ਸੀ ਪੰਜ ਮੱਝਾਂ ਸੀਗੀਆਂ ਜਮਾ ਇੱਕੋ ਹੀ ਮੱਝ ਹੁੰਦਾ ਸੀ ਅੱਛਾ ਅੱਛਾ ਬਾਕੀ ਦਾ ਨਹੀਂ ਹੁੰਦਾ ਇਹ ਵੀ ਇੱਕੋ ਹੀ ਹੁੰਦੀ ਸੀ ਇਹ ਵੀ ਸੀ ਕੋਸਾਂ ਪਾਦੇ ਸਾਰਾ ਪਿੰਡ ਅੱਛਾ ਸਾਰਾ ਪਿੰਡ ਹਾਂਜੀ ਬਹੁਤ ਲੰਮਾ ਚਰਾ ਸੀ ਸਹੀ ਪਾਦੇ ਹੁੰਦੇ ਸੀ ਤੇ ਬੜੀ ਤਕੜੀ ਸੀ ਪੰਜ ਮੱਝਾਂ ਦੀ ਜਮਾ ਇੱਕ ਚ ਹੁੰਦਾ ਸੀ ਸਿੱਖ ਕੋਈ ਨਾ ਸੀ ਦੋ ਖੱਤੇ ਹੀ ਸੀਗੇ ਇੱਕ ਦਾ ਨਾਮ ਮੋਹਣਾ ਸੀਗਾ ਇੱਕ ਦਾ ਕਾਲੀ ਸੀਗਾ ਹਾਂਜੀ ਦੋ ਦੁਕਾਨਾਂ ਸੀ ਉਹਨਾਂ ਦੀਆਂ ਹਾਂ ਕਰਿਆਨੇ ਦੀਆਂ ਅੱਛਾ ਬਜ਼ੁਰਗੋ ਪਿੰਡ ਚ ਘਰ ਕਿੱਥੇ ਸੀ ਤੁਹਾਡਾ
ਸਾਡਾ ਘਰ ਵੀ ਕੋਈ ਤਕਰੀਬਨ ਕੁਤਵਾਲੇ ਪਾਸੇ ਸੀ ਕੁਤਵਾਲੇ ਪਾਸੇ ਹਾਂਜੀ ਨਿਸ਼ਾਨੀ ਇਹ ਆ ਜੀ ਮਸਜਿਦ ਹੁੰਦੀ ਹੈ ਇੱਕ ਸਿੱਧੀ ਅੱਗੇ ਮਸਜਿਦ ਤੋਂ ਗਲੀ ਜਾਂਦੀ ਆ ਥੋੜੀ ਗਲੀ ਨਾ ਅੱਗੇ ਐਨ ਮੋਜੀ ਆ ਅੱਗੇ ਗਲੀ ਐਨ ਮੋਜੀ ਨਾਲ ਸਾਡਾ ਘਰ ਸੀ ਗਲੀਆਂ ਸੀ ਸੋਸਰੀਆਂ ਉਧਰ ਬਾਜ਼ਾਰ ਨਹੀਂ ਐਨ ਮੋਜੇ ਗਲੀ ਐਨ ਮੋਜੇ ਗਲੀ ਐਨ ਮੋਜੇ ਹਾਂਜੀ ਸੋਸਰੀ ਮਿਲਿਆ ਲੰਘਦਾ ਸੀ ਅੱਛਾ ਤੁਸੀਂ ਸਕੂਲ ਪੜ੍ਹ ਜਾਂਦੇ ਰਹੇ ਕਿ ਨਹੀਂ ਨਹੀਂ ਮੈਂ ਨਹੀਂ ਗਿਆ ਪੜ੍ਹਨ ਕਿੰਨੀ ਉਮਰ ਕਿੰਨੀ ਜਦੋਂ ਵੰਡ ਹੋਈ ਸੰਤਾਲੀ ਦੀ ਸੰਤਾਲੀ ਦੀ ਵੰਡ ਮੁਕਦਮਾ ਜਿੱਤ ਕੇ ਨਾ ਫਤਿਹ ਜੀ ਰੱਖਿਆ ਉਦਮ ਜਨਮ ਮੇਰਾ ਉੱਥੇ ਜਨਮ ਤੁਹਾਡਾ ਹਾਂਜੀ ਮਾਸ਼ਾਅੱਲਾ ਬੜੀ ਕਾਫੀ ਉਮਰ ਹੋ ਗਈ ਜਦੋਂ ਪਾਕਿਸਤਾਨ ਬਣਿਆ ਫਿਰ ਛੱਬੀ ਸਾਲ ਛੱਬੀ ਸਾਲ ਸਿੱਖਾਂ ਦੀ ਕੌਮ ਸੀ ਕੌਮ ਸਿੱਖਾਂ ਦੇ ਨਾਂ ਧੁੱਗ ਸੀਗਾ ਹੁਣ ਇਹ ਦੱਸ ਦਿੰਦਾ ਮੈਂ ਤੇ ਕਿੱਦਾਂ ਬਣਿਆ ਪਠਾਨ ਪੈ ਜਨਮ ਸਿਆਣੇ ਬਹੁਤ ਉਹਨਾਂ ਕਹਿੰਦੇ ਨਹੀਂ ਧੋਗਲੀ ਧੁੱਗਾਂ ਦੇ ਉਹ ਫਿਰ ਮਲੀਆਂ ਬਣਾ ਕੇ ਨਾ ਇੱਥੇ ਦੇ ਲਗਾਏ ਦਿੱਲੇ ਕਹਦੇ ਆਖੋ ਪਠਾਣਾਂ ਦੇ ਕਹਿੰਦੇ ਨਹੀਂ ਧੋਗਲੀ ਧੁੱਗਾਂ ਦੇ ਉਹ ਫਿਰ ਮਲੀਆਂ ਦੰਦੋ ਮਜ਼ਬੂਤ ਬਣੀ ਹੈ ਬਾਕੀ ਸਭ ਭੱਜ ਗਿਆ ਤੇ ਪਠਾਣਾਂ ਨੇ ਕਬਜ਼ਾ ਕਰ ਲਿਆ ਜਿਹਨੇ ਕਬਜ਼ਾ ਕਰ ਲਿਆ ਸਾਜੇ ਬਲ ਗਏ ਗਰੀਬ ਕਿਸੇ ਦਸ ਪੈਸੇ ਜਿਹੜੀਆਂ ਜਿਹੜੀਆਂ ਮੰਗੀਆਂ ਉਹ ਦੇ ਗਏ ਉਹਨਾਂ ਫਿਰ ਰੱਖਿਆ ਮਨੁੱਖੀ ਤੁਸੀਂ ਮਨੁੱਖੀ ਆ ਕੋਈ ਮਾਲਕ ਦੇ ਪੈਸੇ ਦੇ ਕੇ ਬਣ ਗਿਆ ਅਸੀਂ ਮਨੁੱਖੀ ਰਹੇ ਹਾਂ ਚੂਸ ਮਾਰੀਏ ਅਸੀਂ ਮਨੁੱਖੀ ਰਹੇ ਮਨੁੱਖੀ ਰਹੇ ਸੀਗਾ ਤੇ ਇੱਕ ਆਨਾ ਵੱਧ ਮਾਮਲਾ ਰੁਪਈਏ ਨਾਲ ਆਉਣਾ ਇੱਕ ਆਨਾ ਵੱਧ ਲੈਣਾ ਪਠਾਨ ਬਹੁਤ ਕਾਬਲ ਸੀਗੇ ਉੱਥੇ ਲਾਗੇ ਸਾਡੇ ਕੋਈ ਜੀ ਨਹੀਂ ਆਇਆ ਓਦਾਂ ਅਸੀਂ ਆਪਣਾ ਇੰਤਜ਼ਾਮ ਕੀਤਾ ਸਾਨੂੰ ਫੂਲਕੇ ਬਣਾ ਦਿੱਤੇ ਬਾਕੀ ਗੱਲ ਅਸੀਂ ਨਾ ਉੱਥੇ ਤਾਂ ਦੇਣਾ ਸਾਡੇ ਲਾਗੇ ਕੋਈ ਸਿੱਖ ਨਹੀਂ ਆਇਆ ਜਦੋਂ ਪਾਕਿਸਤਾਨ ਬਣਿਆ ਹਾਂ ਜਦੋਂ ਪਾਕਿਸਤਾਨ ਖਬਰ ਤੁਹਾਡੇ ਤੱਕ ਕਿੱਦਾਂ ਆਈ ਕਿੰਝ ਪਤਾ ਚੱਲਿਆ ਪਾਕਿਸਤਾਨ ਸਾਨੂੰ ਜੀ ਰਾਤ ਦੇ 11 ਵਜੇ ਪਤਾ ਲੱਗਾ ਕਿੱਦਾਂ ਪਾਕਿਸਤਾਨ ਬਣ ਗਿਆ ਪਹਿਲਾਂ ਕਿਸੇ ਨੂੰ ਖਬਰ ਨਹੀਂ ਸੀ ਜਾਂਦੇ ਰਾਤ ਦੇ 11 ਵਜੇ ਦਿਨ ਸੀ ਉਹ ਹੁਣ ਮੈਨੂੰ ਪੱਕਾ ਯਾਦ ਨਹੀਂ ਹੈ ਮਹੀਨਾ ਸੀਗਾ ਉਹ ਭਾਦੋਂ ਦਾ ਉਹ ਮੈਨੂੰ ਪਤਾ ਤੇ ਭਾਦੋਂ ਦੇ ਸੱਤ ਅੱਠ ਤਰੀਕ ਸੀ ਅੱਠ ਨੌ ਤਰੀਕ ਸੀ ਭਾਦੋਂ ਦੇ ਹੈ ਤੁਸੀਂ ਜਦੋਂ ਉਦੋਂ ਕਿਹਾ ਦਿਨ ਆਉਂਦਾ ਸੀ ਕਿੰਨਾ ਹੁਣ ਬੁਰੀਆਂ ਗੁਜ਼ਰ ਗਈਆਂ ਜਿਲ੍ਹੇ ਐਲਾਨ ਹੋ ਗਿਆ ਤੇ ਫਿਰ ਦੇਖੋ ਕੰਮ ਕਿਹਾ ਆਪਣਾ ਵਿਸ਼ੇ ਬੰਦਾ ਸਾਰੇ ਰਹੇ ਪਾਕਿਸਤਾਨ ਬਣ ਗਿਆ ਠੀਕ ਆ ਜੀ ਸਾਰਿਆਂ ਨੇ ਕਿਹਾ ਦਾਣੇ ਥਿਆ ਫਿਰ ਦੋ ਦੋ ਬੋਲੀਆਂ ਆਟੇ ਦੇਖਿਆ ਸੀ ਦੋ ਬੋਲੀਆਂ ਰੱਖੀਆਂ ਆਟੇ ਦੇ ਦੋ ਗੱਡੇ ਸੀ ਹੈ ਦੇਖੋ ਅੱਠ ਸਤੰਬਰ ਸੀ ਤਿਆਰ ਹੋ ਗਏ ਜਿੱਥੇ ਇੱਕ ਪਿੰਡ ਸੀ ਚੂੜਾਲੀ ਉਹਦਾ ਨਾਂ ਚੂੜਾਲੀ ਉੱਥੇ ਕੰਮ ਸਾਡਾ ਇਕੱਠਾ ਹੁੰਦਾ ਗਿਆ ਜਿਹੜਾ ਇਕੱਠਾ ਹੁੰਦਾ ਗਿਆ ਉੱਥੋਂ ਫਿਰ ਚਾਰ ਦਿਨ ਰਹੇ ਸੀ ਉੱਥੇ ਹਾਂਜੀ ਉੱਥੇ ਲੰਗਰ ਕਰ ਲੈਣਾ ਇੱਕ ਭੁੱਲ ਲੈਣਾ ਆਪਣੇ 15-10 ਘਰਾਂ ਨੇ ਤੇ ਖਾ ਲੈਣਾ ਰੋਟੀਆਂ ਪਕਾਉਣੀ ਸਾਜ ਆਟਾ ਛੋਲੇ ਭੁੰਨ ਭੁੰਨ ਕੇ ਨਾ ਬੋਰੀਆਂ ਉੱਥੇ ਰੱਖੇ ਹੋਏ ਛੋਲੇ ਚੱਬਾਂਗੇ ਛੋਲੇ ਚੱਬਲਾਂਗੇ ਖਾ ਜੀ ਉੱਥੋਂ ਚੱਲੇ ਅਸੀਂ ਅਸੀਂ ਆ ਗਏ ਜੀ ਖੂਬੀ ਦੇ ਅੱਗੇ ਆਓ ਬੇਈ ਕਾਲੀ ਬੇਈ ਨੂੰ ਕਹਿੰਦੇ ਆ ਕਾਲੀ ਕਾਲੀ ਬੇਈ 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 ਉੱਥੇ ਗੱਡੇ ਆ ਕੇ ਸੱਚੇ ਸਾਰਿਆਂ ਨੇ ਸੱਚ ਕੁਛ ਉੱਥੇ ਤਾਂ ਵੀ ਚਲੇਗਾ ਪੋਲਸੀ ਅੱਗੇ ਉੱਥੇ ਵੀ ਚਲੇਗਾ ਜਿਹੜੇ ਰਾਤ ਦੇ ਨਾ
ਮੇਰਾ ਖਿਆਲ ਦੋ ਕੁ ਦਾ ਢਾਈ ਦਾ ਟਾਈਮ ਸੀ ਜਿਹੜੇ ਗੂੰ ਜਾਵੇ ਪਿੱਛੋਂ ਲੋਕੋ ਪਾਣੀ ਆ ਗਿਆ ਲੋਕੋ ਪਾਣੀ ਆ ਗਿਆ ਅੱਗੇ ਲੋਕਾਂ ਜੋੜੇ ਨਿਕਲ ਗਿਆ ਕੁਛ ਤਾਂ ਉੱਥੇ ਫਿਰ ਜਲੰਧਰ ਦੇ ਕਾਲੇ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਦੇ ਕਾਰ ਸਾਹਮਣੇ ਆਪਣੇ ਸੀ ਉਹਨਾਂ ਨੂੰ ਸੰਗਲ ਵੀ ਬੜੇ ਸੀ ਉਹਨਾਂ ਨੇ ਗੱਡੇ ਸੀ ਪੰਜ ਉਹਨਾਂ ਨੇ ਪੰਜੇ ਬੰਨ ਤੇ ਪਿੱਛੇ ਜਿਹੜਾ ਗੱਡਾ ਰੋੜਿਆ ਅਸੀਂ ਉੱਥੇ ਤਿੰਨ ਜੀ ਸੀ ਇੱਕ ਸਾਡਾ ਭਰਾ ਸੀਗਾ ਇੱਕ ਮੇਰੇ ਤੋਂ ਵੱਡਾ ਸੀਗਾ ਹਾਂਜੀ ਵੱਡਾ ਭਰਾ ਤੁਹਾਡਾ ਮੇਰਾ ਮੇਰੇ ਤੋਂ ਵੱਡਾ ਹਾਂਜੀ ਦੋ ਤਾਂ ਤਿੰਨ ਜੀ ਸੀ ਤਾਂ ਖਣੋ ਸੀ ਸਾਡਾ ਉਹ ਫਿਰ ਅਸੀਂ ਫਰਕ ਦੁਬਰਾ ਅੱਗੇ ਸੀ ਨਾ ਦਿੰਦੇ ਹੀ ਗਏ ਜਿਹੜਾ ਗੱਡੇ ਬੰਨਿਆ ਸੀ ਉਹ ਫਿਰ ਫੜੀ ਜਾਂਦੇ ਆ ਦੌੜਿਆ ਗੱਡੀਆਂ ਚ ਲਾਈ ਦਿੰਦੇ ਗੱਡੇ ਦੇ ਉੱਤੇ ਮੈਂ ਖੜਾ ਸੀ ਗੱਡਾ ਉੱਤੋਂ ਵੀ ਲੱਗਿਆ ਸੀ ਚੰਗਾ ਬਣਨ ਤੋਂ ਬਾਅਦ ਉੱਤਾ ਫੁੱਲ ਭਰਿਆ ਸੀ ਉਹਦੇ ਉੱਤੇ ਖੜ ਮੇਰੇ ਇੰਨਾ ਪਾਣੀ ਸੀ ਹਿੰਦੁਸਤਾਨ ਲਾਸ਼ਾਂ ਆਉਂਦੀਆਂ ਸੀ ਸਿੱਖ ਵੀ ਆਉਂਦੇ ਸੀ ਇਹ ਦੇਖਦਾ ਉੱਥੇ ਜਿਹੜੇ ਗੱਡੇ ਡਿੱਗ ਸੀ ਨਾ ਉੱਥੇ ਨਹੀਂ ਕੋਈ ਨੀ ਰਿਹਾ ਸਾਡੇ ਰੁੜ ਗਏ ਅੱਗੇ ਫਿਰ ਪੁਆ ਸਾਡਾ ਡੱਗਾ ਜਾ ਕੇ ਪੁਆ ਤੇ ਏਦਾਂ ਖੜਾ ਹੋ ਗਿਆ ਚੰਦੇ ਖੁੱਲੇ ਖੁੱਲੇ ਗੱਡੇ ਨੰਘ ਜਾਂਦੇ ਸੀ ਸਾਡਾ ਇੱਕ ਪਾਸੇ ਏਦਾਂ ਖੜਾ ਹੋ ਗਿਆ ਤਾਂ ਉਹਨੂੰ ਉੱਥੇ ਅੱਡ ਗਏ ਜਾਣੇ ਅਸੀਂ ਤਿੰਨ ਦਿਨ ਪਾਣੀ ਤਿੰਨ ਦਿਨ ਹਾਂਜੀ ਏਦਾਂ ਵੀ ਕੋਈ ਖਾਣ ਚੀਜ਼ ਨਹੀਂ ਸੀ ਉੱਥੇ ਅਸੀਂ ਆਪਣੀ ਗੱਲ ਕਰਦੇ ਹਾਂ ਉਹ ਫਿਰ ਉੱਥੇ ਸਾਰਿਆਂ ਨੇ ਪੀਣ ਪੀਣ ਖਾਧੀ ਬਾਕੀ ਭੁੱਖੇ ਪਿਸ਼ਾਬ ਵਿਛੇ ਪਾਣੀ ਦੇ ਖੈਰ ਪੀਏ ਪਾਣੀ ਪਿਆ ਫਿਰ ਨਿਕਲੋ ਬਾਹਰ ਜਿਹੜੇ ਬਾਹਰ ਗਏ ਸੀ ਉਹਨਾਂ ਬੰਦੇ ਸੰਭਵ ਵਾਹਵਾ ਕੀਤੀ ਮੁਸਲਮਾਨਾਂ ਨੇ ਚੀਜ਼ਾਂ ਰੇੜੀਆਂ ਕੋਲੀਆਂ ਕੋਈ ਜਿਗੇ ਟਾਂਕ ਕਿਸੇ ਕਿਸੇ ਮਿਸਰੇ ਏਦਾਂ ਹੈ ਦੇ ਅੱਡ ਗਿਆ ਫਿਰ ਉਹਨਾਂ ਬੜੇ ਕੱਢੇ ਅਸੀਂ ਤੇ ਦੋਨੋਂ ਭਰਾ ਗਏ ਫਿਰ ਮੈਂ ਤੇ ਜਿਹੜਾ ਮੇਰੇ ਨਾਲ ਸੀ ਨਾ ਉੱਥੇ ਪਾਣੀ ਛੇ ਭਰਾ ਸੀ ਅਸੀਂ ਦੋਨੇ ਅਸੀਂ ਗਏ ਪਾਣੀ ਦੇਖੇ ਦੇਖਿਆ ਤਾਂ ਗੱਡਾ ਸਾਡਾ ਤਾਂ ਖੜਾ ਇੱਕ ਬੋਰੀ ਸਿਰਫ ਆਟੇ ਦੀ ਲੰਗਰ ਲਗਾ ਸੀ ਪਿੱਛੇ ਕਿਸੇ ਪਾਸੇ ਉਹਦੇ ਵਿੱਚ ਫਸੀ ਹੋ ਚੁੱਕੀ ਨਹੀਂ ਉੱਦਾਂ ਹੀ ਮੈਂ ਜਾ ਕੇ ਦਾਖੀ ਮਾਰ ਲਿਆ ਦਾਖੀ ਮੇਰੇ ਕੋਲ ਸੀ ਇੰਨਾ ਅੱਛਾ ਪਿੱਜਾ ਬਾਕੀ ਬੋਲੀ ਸ਼ਾਇਦ ਛੁੱਕੀ ਹਾਂ ਮੈਂ ਕਿਹਾ ਲਿਆ ਕੱਪੜਾ ਕੱਪੜਾ ਲਿਆ ਕੇ ਨਾ ਉਹ ਕੱਟ ਕੱਟ ਪਾਉਣ ਲੱਗ ਪਿਆ ਉਸਨੇ ਅੱਛਾ ਲੈ ਗਿਆ ਦੇ ਬਾਅਦ ਪਿੱਜਾ ਚਲੇ ਗਿਆ ਬਾਹਰ ਜਦੋਂ ਬਾਅਦ ਫਿਰ ਗਏ ਦੋ ਦੰਗੇ ਸਾਡੇ ਬੰਦਿਆਂ ਦੇ ਨਾਲ ਚਲੇ ਗਏ ਸੀ ਬਾਹਰ ਇੱਕ ਮਹਿਲਾ ਸੀ ਇੱਦਾਂ ਦਾ ਇੱਕ ਬੋਲ ਸੀਗਾ ਉਹ ਵਾਧੂ ਸੀਗਾ ਉਹ ਨਾਲ ਚਲਾ ਕੇ ਬਾਕੀ ਹੋ ਗਏ ਮਿੰਨੇ ਬੋਲ ਹੋ ਗਏ ਸਾਰੇ ਜਿਸ ਵੇਲੇ ਉਹ ਅੱਟਲ ਗਿਆ ਫਿਰ ਮੁੰਡਾ ਪਾਣੀ ਬੈਠਣਾ ਦੁਨੀਆਂ ਬਾਹਰ ਨਿਕਲਣ ਲੱਗ ਪਏ ਪਿਛੇ ਦਿਨ ਬਾਹਰ ਫਿਰ ਨਿਕਲਣ ਲੱਗ ਪਏ ਫਿਰ ਹੌਲੀ 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 ਪਾਣੀ ਉਤਰ ਗਿਆ ਫਿਰ ਜਿਹੜੇ ਅਸੀਂ ਗਏ ਤਾਂ ਉੱਥੇ ਲਾਸ਼ਾਂ ਏਦਾਂ ਤੇ ਲਾਸ਼ਾਂ ਉੱਤੇ ਤਾਂ ਰੱਖ ਜਾਂਦੇ ਸੀ ਕਿਸੇ ਰੱਖ ਲੰਘ ਜਾਣਾ ਸਾਡਾ ਡੇਗਾ ਫਟ ਆਉਣ ਸੀ ਨਾ ਉੱਥੋਂ
ਇੱਥੋਂ ਚੱਲਿਆ ਸੀ ਗੱਲਾਂ ਕੰਮ ਸੀ ਗਾਉਂਦੇ ਉੱਥੋਂ ਕੋਈ ਤਿੰਨਾਂ ਕੁ ਮਿੰਟ ਦੇ ਨਾਲ ਫਰਕ ਸੀਗਾ ਪੋਲ ਦੇ ਲਾ ਕੇ ਉੱਥੋਂ ਵੀ ਗਾਣੇ ਗਾਏ ਨੇ ਗੱਡਾ ਦੇਖਣ ਅਸੀਂ ਹਾਂਜੀ ਹਾਂ ਤਾਂ ਖੜਾ ਫਸਿਆ ਸੀ ਇੱਧਰ ਅਖੀਰ ਦਾ ਪੁੱਲ ਨਾ ਇੱਧਰ ਲਾ ਉੱਥੇ ਫਸਿਆ ਸੀ ਉੱਥੋਂ ਮੇਰੇ ਨਾਲ ਗਿਆ ਕੱਢ ਕੇ ਲਿਆਏ ਫਿਰ ਜਿਹਦੇ ਲਿਆਏ ਤਾਂ ਮੇਰੇ ਕੋਲ ਬਹੁਤ ਇੱਕ ਸੀਗਾ ਤਾਂ ਸਾਡੇ ਅੱਖਾਂ ਵੀ ਸੀਗੇ ਉਹ ਹੁਣ ਤੈਨੂੰ ਪਤਾ ਚੱਕਣਾ ਕਈ ਤਾਂ ਉਦਾਂ ਛੱਡ ਛੱਡ ਕੇ ਤੁਰੇ ਗਏ ਤੇ ਬੈਸ ਤੂੰ ਬਾਬਾ ਮੈਂ ਗੱਡੀ ਲਿਆਉਣਾ ਸਾਡੇ ਛੱਡ ਛੱਡ ਗਏ ਇੱਕ ਬੁੱਢੀ ਦਾ ਇੱਕ ਬੰਦਾ ਸਾਡੇ ਪਿੰਡ ਦੇ ਪਿੰਡਾਂ ਦਾ ਰਾਤ ਮਰ ਗਿਆ ਸੀਗਾ ਤੇ ਬੁੱਢੀ ਦੇ ਉੱਥੇ ਮਰ ਗਏ ਤੇ ਬੱਚੇ ਚਾਰ ਵੱਡਾ ਏਦਾਂ ਸੀਗਾ ਛੋਟਾ ਏਦਾਂ ਤਾਂ ਉੱਥੇ ਛੱਡਿਆ ਕਹਿੰਦਾ ਕੁਛ ਛੱਡੀ ਉਹ ਕੌਣ ਪਿਆ ਉੱਥੇ ਕਿਉਂ ਉੱਥੇ ਪੁੱਤੇ ਨੀ ਠੀਕ ਹੈ ਉਹ ਕਹਿੰਦੀ ਵੀ ਜੇ ਕਹੋ ਤਾਂ ਮੈਂ ਲੈ ਲਵਾਂ ਮੈਂ ਕਿਹਾ ਲੋਕਾਂ ਨੇ ਤੇਰੀ ਮੇਜ਼ਬਾਨੀ ਲੈ ਲਾ ਉਹ ਚਾਹ ਗਏ ਹੁਣ ਸਾਹਮਣੇ ਹੈਂ ਉਹ ਲੈ ਕੇ ਫਿਰ ਖਿਆਲ ਲਾਜਪਤ ਚੱਕ ਉੱਥੇ ਬਹਿ ਗਿਆ ਜਾ ਕੇ ਖੈਰ ਇਹ ਬਾਬਾ ਜੀ ਸਾਰਾ ਦੁੱਖ ਦਰਦ ਤੁਸੀਂ ਸੀਨੇ ਤੇ ਹਟਾਇਆ ਆਪਣੀ ਅੱਖਾਂ ਨਾਲ ਵੇਖਿਆ ਅੱਖਾਂ ਨਾਲ ਸਾਰਾ ਜੀ ਫਿਰ ਉੱਥੋਂ ਨਿਕਲੇ ਜੀ ਦਿਲ ਨਿਕਲਦਾ ਫਿਰ ਅਸੀਂ ਸੋਚਿਆ ਮੈਂ ਤਾਇ ਨੂੰ ਕੀ ਕਰੀਏ ਜੀ ਲੋਕ ਤਾਂ ਬੱਚੇ ਬਿਠਾੜੀ ਜਾਂਦੇ ਆ ਅਸੀਂ ਤਾਂ ਵੱਡਾ ਜਿਹਾ ਕੱਢਿਆ ਤੇ ਢੱਗੇ ਉੱਥੇ ਆਉਣ ਲੋਕਾਂ ਦੇ ਫਿਰਦੇ ਸੀਗੇ ਬਹੁਤ ਭਾਰਾ ਬੋਲ ਸੀ ਤੇ ਇੱਕ ਅਸੀਂ ਮਹਿਮ ਫੜਿਆ ਉੱਥੋਂ ਤੇ ਇੱਕ ਬੋਲ ਹੋਰ ਫੜਿਆ ਇੱਕ ਸਾਡਾ ਸੀਗਾ ਅਸੀਂ ਡੱਗਾ ਕੱਢਿਆ ਉੱਥੋਂ ਗੱਡਾ ਕੱਢਿਆ ਬਹਾ ਲਿਆ ਤੇ ਲੈ ਕੇ ਤੁਰ ਪਿਆ ਬਾਕੀ ਘਰ ਦੇ ਜੀ ਕਿੱਥੇ ਉਹ ਬੱਸਾਂ ਚ ਆ ਗਿਆ ਟਰੱਕਾਂ ਚ ਚੱਲ ਪੈ ਜੀ ਚੱਲ ਪੈ ਤਾਂ ਅੱਗੇ ਪਾਕਿਸਤਾਨ ਨਾ ਪਾਕਿਸਤਾਨ ਆਇਆ ਜਿਹੜੇ ਉੱਥੇ ਨਿਕਲੇ ਨਾ ਅੱਗੇ ਕਾਫਲਾ ਹੋਇਆ ਰੁਕ ਗਿਆ ਤੇ ਜੋ ਮਿੰਟ ਦੀ ਜੋਗ ਲਾਓ ਇਹਦੇ ਜੋਗਲਾ ਮਿੰਟੀ ਸੀ ਨਾ ਇਹ ਵੱਧਦੀ ਸੀ ਬੰਦਿਆਂ ਨੂੰ ਉੱਥੇ ਕਾਫਲੇ ਸਾਨੂੰ ਪੂਰਾ ਸੀ ਉਹਨਾਂ ਨੇ ਰੱਬਾ ਹੁਕਮ ਆ ਗਿਆ ਪਹਿਲਾਂ ਸਾਨੂੰ ਇਹ ਹੁਕਮ ਸੀ ਤੇ ਪਤਾ ਨੀ ਰਾਤ ਅੱਜ ਕਦੇ ਨੀ ਨਿਕਲੀ ਇਹ ਜੋਗਲਾ ਸੀ ਉਹ ਲੜੀ ਹੋਈ ਸੀ ਤੇ ਬਲੋਚ ਚ ਆਏ ਸੀ ਉਹਨਾਂ ਕਿਹਾ ਹੁਣ ਲੋਕਾਂ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਇਹ ਸੜਕ ਤੋਂ ਬਾਹਰ ਨਾ ਜਾਇਓ ਪਹਿਲਾਂ ਪਹਿਲਾਂ ਬੰਦਾ ਚਾਰ ਸਪਿਤਾਲ ਦੁਆਰੇ ਉੱਥੇ ਵੀ ਸਾਡੇ ਪਿੰਡ ਦੀ ਕੁੜੀ ਨਾ ਕਦੇ ਬਾਹਰ ਗਈ ਖੜਿਆ ਉਹ ਚੱਕ ਕੇ ਲੈ ਗਿਆ ਸਿੱਖ ਲੈ ਗਿਆ ਸਾਡਾ ਸੀ ਪਿੰਡ ਏਦਾਂ ਸੀ ਜਿੱਦਾਂ ਕੋਈ ਥੋੜੀ ਦੂਰ ਜਿੱਦਾਂ ਕਿ ਮੈਂ ਆਇਆ ਨਾ ਫਤਿਹ ਕੋਲ ਇੱਥੋਂ ਇੰਨੀ ਕੁ ਦੂਰ ਉਹ ਪਿੰਡ ਸੀ ਉਹਦਾ ਨਾਂ ਰਮੀਦੀ ਪਿੰਡ ਦਾ ਨਾਂ ਰਮੀਦੀ ਹਾਂ ਰਮੀਦੀ ਸਾਡਾ ਡੱਡਾ ਸਮਝ ਖੜਾ ਸੀ ਸਾਡਾ ਜਿਹੜਾ ਤਾਰ ਸੀ ਨਾ ਬਹੁਤ ਕਹਿਣ ਸੀ ਤੇ ਬਹੁਤ ਉੱਚੀ ਸ਼ਹਿਰ ਸੀ ਉੱਥੇ ਸਿੱਖ ਸੀ ਸਾਡੇ ਪਿੰਡ ਸਮਰਥਪੁਰ ਉੱਥੇ ਦਾ ਉਹ ਬਹੁਤ ਬਗ ਸੀ ਚੀਜ਼ਾਂ ਲੈਣੀਆਂ ਦੇਣੀਆਂ ਭਰਾ ਬਣਿਆ ਸੀ ਇਹਦਾ ਉਹ ਬਦਮਾਸ਼ ਉਹ ਨਾਲ ਆਏ ਬਦਮਾਸ਼ਾਂ ਦੇ ਕਾਫਲੇ ਵੱਢਣ ਨੂੰ ਕਾਫਲੇ ਬਣਾ ਲੈਂਦੇ ਉਹ ਦੇਖਿਆ ਪਿੰਡੋਂ ਸਾਡੇ ਤਾਏ ਨੂੰ ਤੋਂ ਆ ਗਿਆ ਉਹਦਾ ਅੱਖਾਂ ਦਾ ਵਸੀਤ ਉਹਦਾ ਤਾਂ ਠੀਕ ਠਾਕ ਸੀ ਆ ਕੇ ਜੱਫੀ ਪਾ ਕੇ ਮਿਲਿਆ ਉਹਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਆ ਅਸੀਂ ਕਿਹਾ ਤਿੰਨ ਦਿਨ ਹੋ ਗਏ ਤਾਂ ਪੁੱਛਿਆ ਲੋੜ ਤਾਂ ਸਾਰੀ ਹੈਗੀ ਹੈ ਚਲੋ ਅਸੀਂ ਤਾਂ ਖਾ ਲਈ ਰੋਟੀ ਤਾਜੇ ਡੰਗਾ ਛਾ ਕੇ ਭੁੱਖੇ ਮਰਦੇ ਆ ਉਹ ਕਹਿੰਦਾ ਮੇਰੇ ਨਾਲ ਘੱਲੋ ਮੁੰਡੇ ਨੂੰ ਤੇ ਮੇਰੇ ਨਾਲ ਘੱਲੋ ਤਾਂ ਕਹਿੰਦਾ ਜਾਓ ਨਾ ਤੁਰ ਪਿਆ ਨਾਲ ਗੱਭਰੂ ਸੀ ਮੈਂ ਅੱਗੇ ਖਰਾਬ ਚੱਲਦਾ ਸੀਗਾ ਮੈਨੂੰ ਕਹਿੰਦਾ ਵਿਸ਼ਾ ਚੱਲਦਾ ਇੱਥੇ ਪਾ ਲਾ ਅੱਛਾ ਜਿੰਨਾ ਹੈਗਾ ਪਾ ਲਾ ਉਹਨਾਂ ਸਿੱਖਾਂ ਦਾ ਖਰਾਬ ਸੀ ਉਹ ਥੋੜ੍ਹੀ ਦਿਨ ਲੱਗ ਗਈ ਨਾ ਖਰਾਬ ਚੱਲਦਾ ਕੋਈ ਪੈਰੇ ਖੱਲਵਾਂ ਉਹ ਆਟਾ ਵੀ ਉਹਨਾਂ ਨੂੰ ਸੀਗਾ ਉਹ ਮੈਂ ਪਾ ਲਿਆ ਕਹਿੰਦੇ ਰੱਖਦੇ ਇੱਥੇ ਤਾਂ ਮੇਰੇ ਨਾਲ ਆ ਫਿਰ ਮੈਨੂੰ ਕਹਿੰਦਾ ਮੇਰੇ ਨਾਲ ਆ ਮੈਂ ਉਹਦੇ ਨਾਲ ਤੁਰ ਪਿਆ ਉਹਦੀ ਇੱਕ ਮਕਾਨ ਸੀ ਬਹੁਤ ਵੱਡਾ ਚੁਬਾਰਾ ਅਤੇ ਮਕਾਨ ਥੱਲੇ ਵੀ ਬਹੁਤ ਚੁਬਾਰਾ ਉਹ ਪੌੜੀਆਂ ਲੈ ਕੇ ਮਗਰੋਂ ਹੁਣ ਤੁਰਿਆ ਗਿਆ ਜਿਹਦੇ ਉੱਤੇ ਗਿਆ ਨਾ ਤਾਂ ਆ ਤਾਂ ਕੋਈ ਨਹੀਂ ਨਾ ਇੱਦਾਂ ਤਿਲਕ ਸੀ
ਬੈਠ ਮਤਲਬ ਖੁੱਲਾ ਮਕਾਨ ਦਰਵਾਜ਼ਾ ਬਹੁਤ ਖੁੱਲਾ ਸਾਰਾ ਖੁੱਲਾ ਜਿਹਦੇ ਉੱਥੇ ਜਾ ਕੇ ਬੈਠਾ ਸਿੱਖਾਂ ਤਲਵਾਰਾਂ ਰੱਖੀਆਂ ਬਰਸੀਆਂ ਹੈ ਜੀ ਰੱਖਿਆ ਜਿਹਦਾ ਲਵੇ ਜਾਵਾਂ ਦੇਖਿਆ ਨਾ ਮੈਂ ਕਿਹਾ ਲਵੇ ਹੁਣ ਆ ਗਏ ਤਾਂ ਮਗਰ ਇੱਕ ਸਿੱਖ ਪਰੇ ਬੈਠਾ ਉੱਥੇ ਕਹਿੰਦਾ ਆ ਗਿਆ ਮਸਲਾ ਉਹ ਕਹਿੰਦਾ ਲੈ ਤੂੰ ਯਕੀਨ ਕਰ ਲਾ ਵੀ ਮੇਰਾ ਰੰਗ ਉੱਥੇ ਬੱਗਾ ਹੋ ਗਿਆ ਖਬਰਦਾਰ ਕਹਿੰਦਾ ਮੈਨੂੰ ਪਿਆਰ ਤੋਰਦਾ ਹੌਸਲਾ ਕੋਈ ਗੱਲ ਨੀ ਖਾ ਮੈਂ ਖਾਣਾ ਉੱਥੇ ਮਠਿਆਈ ਗੰਦੇ ਲੱਗੇ ਖਾ ਕੇ ਮੈਂ ਤਾਂ ਨੰਗੇ ਹੀ ਨਾ ਉੱਥੇ ਚੂੜੇ ਨੂੰ ਹਾਕ ਮਾਰੋ ਚੂੜੇ ਕੋਲ ਮਰਾਉਣ ਲੱਗੇ ਹੁਣ ਮੈਨੂੰ ਹੈ ਸੱਚੀ ਗੱਲ ਮੈਂ ਤਾਂ ਉਹਦੇ ਖਤਮ ਹੋਇਆ ਆਪਣੇ ਢਿੱਡ ਚ ਤੇ ਹੁਣ ਘੜੀ ਪਾਲੂ ਚੂੜਾ ਆ ਗਿਆ ਜੀ ਚੂੜਾ ਏਦਾਂ ਚਬੜਾ ਤੇ ਏਦਾਂ ਮੂੰਹ ਉਹਦਾ ਉਹਨੂੰ ਕਹਿੰਦਾ ਓਏ ਉਹਦੇ ਮੇਰੇ ਨਾਲ ਲੱਗਿਆ ਸੀ ਉੱਥੇ ਪਾ ਤੰਗਰ ਤੁਲਿਆ ਕਹਿੰਦਾ ਅੰਦਰ ਉਹਨੇ ਵੀ ਅੰਦਰ ਕਢਿਆ ਤੰਗਰ ਚੰਗਾ ਤੁਲਦਾ ਬੰਨਿਆ ਚੰਗਾ ਤੰਗਰ ਬੰਨ ਕੇ ਫਿਰ ਫਿਕਰ ਉੱਥੇ ਪਾ ਮਠਿਆਈ ਇੰਨੀ ਕੁ ਮਠਿਆਈ ਪਾਈ ਮੇਰੇ ਲੜ ਅਸੀਂ ਜੀ ਉਸ ਮੁਲਕ ਨੂੰ ਆਟਾ ਕੋ ਥੋੜ ਜਾ ਹੋਰ ਸੀ ਪਾ ਅਸੀਂ ਗੱਡੇ ਤੇ ਆ ਗਏ ਦੂਸਰਾ ਗੱਡੇ ਆ ਗਿਆ ਤਾਂ ਉੱਥੋਂ ਫਿਰ ਦੂਏ ਦਿਨ ਕਾਫਲਾ ਚੱਲ ਪਿਆ ਰਾਤ ਰਹੇ ਉੱਥੇ ਕਾਫਲੇ ਚੱਲਦੇ ਸਾਡੇ ਮਿਲਟਰੀ ਇੱਧਰ ਦੀ ਇੱਧਰ ਦੀ ਜ਼ਿਲ੍ਹਾ ਵੱਡਾ ਆ ਮਿਲਟਰੀ ਬਦਲ ਗਈ ਫਿਰ ਤੁਹਾਡੀ ਹਾਂ ਬਲੋਚ 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 ਆ ਗਿਆ ਉਹਨਾਂ ਨੇ ਆ ਕੇ ਫਿਰ ਨਾ ਅੰਬਰਸਰ ਦੇ ਮੁੰਡ ਡੇਰਾ ਲਾ ਦਿੱਤਾ ਰਾਤ ਪੈਰੀ ਘੱਟ ਵਾਸਤੇ ਬਸਾ ਦਿੱਤਾ ਉੱਥੇ ਡੇਰਾ ਸਾਡਾ ਲਾ ਦਿੱਤਾ ਕੋਈ ਪਿੱਛੇ ਅਸੀਂ ਸਾਡੇ ਗੱਡੇ ਅੱਗੇ ਅਸੀਂ ਕਈ ਸਾਡੇ ਕੋਲ ਸੀ ਲਿਆਏ ਹੱਥ ਚੋ ਕਈ ਨਾਲ ਹੀ ਪਟਿਆ ਏਦਾਂ ਸਿੱਧਾ ਇੰਨਾ ਡੂੰਘਾ ਇੰਨਾ ਬੱਚੀਆਂ ਲੋਹਾਂ ਬੰਦ ਕਰ ਦਿਓ ਕੋਈ ਨਾ ਫਿਕਰ ਜਾਂਦਾ ਕੋਈ ਲੋੜ ਨਾ ਕਰੇ ਮਿੰਦੀ ਨੀ ਗੱਲ ਕਹੀ ਹਾਂ ਕੋਈ ਅੱਗ ਨਾ ਬਾਲੇ ਕੋਈ ਲੋੜ ਨਾ ਬਾਲੇ ਤੇ ਰਾਮ ਨਾਲ ਦੇਖਿਆ ਦਿਨ ਛਿਪੇ ਵੀ ਉਹਨਾਂ ਨੇ ਐਲਾਨ ਕਰਤਾ ਸੀ ਦਿਨ ਛਿਪਿਆ ਤੇ ਉਹਨੇ ਐਲਾਨ ਕਰਤਾ ਸੀ ਕਰਫਿਊ ਲਗਾ ਸੀ ਕੋਈ ਬੰਦਾ ਸਿੱਖ ਨਾ ਬੁੱਝੇ ਕੋਈ ਨਾ ਸਿੱਖ ਖੈਰ ਅਸੀਂ ਲੰਘਦੇ ਆਏ ਹਾਂ ਜੇ ਲੰਘਦੇ ਇੱਕ ਚੁਬਾਰੇ ਪੈਕ ਮਾਰਿਆ ਇੱਕ ਬੰਦਾ ਲਗਾ ਸਿੱਖ ਹੈ ਫੌਜ ਕੱਢਿਆ ਉਹਨਾਂ ਨੂੰ ਉਹ ਲੋਕ ਲੱਗ ਗਏ ਪਾਕਿਸਤਾਨ ਤੇ ਉੱਥੇ ਇਹ ਗੱਲ ਸੀਗੀ ਬੱਚਾ ਬੱਚਾ ਜਾਂ ਸਿਆਣਾ ਜਾਂ ਬੁੱਢਾ ਸੀ ਕੋਈ ਵੀ ਇਹ ਕਹਿੰਦਾ ਵੀ ਜਾਵਾਂਗਾ ਜੇ ਮੈਨੂੰ ਪਾਕਿਸਤਾਨ ਦਿਸ ਪਹਿਲਾਂ ਚੱਲ ਜਾਈ ਅਸੀਂ ਬੰਦਾ ਮਾਰ ਕਦੀ ਜ਼ਿੰਦਗੀ ਵੀ ਕੋਈ ਨਾ ਕੱਖ ਕਰਾਂਗੇ ਅਸੀਂ ਨਵਾਜ਼ਾਂ ਪੜਾਂਗੇ ਅਸੀਂ ਕੁਛ ਨਾ ਕਰਾਂਗੇ ਜਿਲੇ ਉੱਥੇ ਨਿਕਲੇ ਆ ਅੱਗੇ ਟਕਾ ਟਕਾ ਗਏ ਰੋਟੀਆਂ ਦੇ ਲਓ ਵੇ ਮੈਨੂੰ ਫੜਾਈਆਂ ਦੋ ਰੋਟੀਆਂ ਫੜ ਕੇ ਤਾਂ ਦੇਈ ਗਏ ਲੈ ਗਏ ਉਹ ਫੜੀ ਫੇਰ ਤਿੰਨ ਤਿੰਨ ਵਾਰ ਲੋਕਾਂ ਨੇ ਲਈਆਂ ਉੱਥੇ ਮੰਮੀ ਦੋ ਵਾਰ ਲਈਆਂ ਝੂਠ ਨਹੀਂ ਮਾਰਨਾ ਦੋ ਵਾਰ ਮੰਮੀ ਲਈਆਂ ਰੋਟੀਆਂ ਦੇ ਨਹੀਂ ਤੁਸੀਂ ਤਾਂ ਬੜੀ ਬੜੀ ਵੱਡੀ ਸ਼ਾਬਾਸ਼ ਦੇ ਹੱਕਦਾਰ ਆ ਰੋਟੀਆਂ ਤੁਹਾਡੇ ਤੋਂ ਕੁਰਬਾਨ ਸੀ ਮਸਾਲਾ ਲੂਣ ਮਿਰਚ ਹਰ ਚੀਜ਼ ਉਹਨਾਂ ਕਿਹਾ ਜੀ ਹਾਂ ਕਿੰਨੇ ਬੰਦੇ ਆ ਇੱਕ ਬੰਦਾ ਤਾਂ ਇੱਕ ਬੁੱਕ
ਮੈਂ ਤਕਸੀਮ ਕਰ ਦਿੰਦਾ ਆਪਣਾ ਚਾਰ ਬੰਦੇ ਨਾ ਇਨਫੈਕਸ਼ਨ ਕਰ ਦਿਓ ਹੈ ਜੀ ਉਹ ਮੈਂ ਹੁਣ ਪਤਾ ਨੂੰ ਕਰ ਦੂੰ ਮੈਂ ਅਜੇ ਨਹੀਂ ਪਿਆ ਫਿਰ ਅਖੇ ਮੈਂ ਤਕਸੀਮ ਕਰਦਾ ਉੱਥੇ ਇੱਕ ਲੂਣ ਮਿਰਚ ਵਾਲਾ ਲੂਣ ਦੇਣ ਵਾਲਾ ਇੱਕ ਮਿਰਚਾਂ ਦੇਣ ਵਾਲਾ ਇੱਕ ਦਾਲ
6-7 ਬੁੱਕ ਦਿੱਤੇ ਹੈ। ਕਿੰਨੇ ਬੰਦੇ ਉਹ ਕਸਰਾ ਲਿਆ, ਉਹ ਕਹਿ ਗਈ ਅਸੀਂ 6 ਹਾਂ, ਫਿਰ ਬੁੱਕ ਦੇ ਦਿੱਤੇ। ਅੱਛਾ, ਕਿੰਨੇ ਦਿਨ ਰਹੇ ਕੈਂਪ ਚ? ਉੱਥੇ ਉੱਥੇ ਰਹੇ ਜੀ ਫਿਰ 3 ਦਿਨ। ਅਸੀਂ ਜੰਗਲਾਂ ਨੂੰ ਬੜੀ ਬੜੀ ਕਮਾਦ ਪਾਉਣ ਲੱਗ ਪਏ। ਉੱਥੋਂ ਫਿਰ ਨਾ ਸਾਡਾ ਬੰਦਾ ਗਿਆ ਮੁੜ ਕੇ ਫਿਰ ਲਾਹੌਰ ਨੂੰ ਹੈ, ਤੇ ਉੱਥੋਂ ਪਤਾ ਲੱਗਦਾ ਲਾਹੌਰ ਪਿੱਛੇ ਜਿਹਾ ਹੋਇਆ ਨਾ ਬੈਟਰ ਸਕੂਲ, ਕੈਂਪ ਲੱਗੇ ਸੀ, ਬਹੁਤ ਵੱਡਾ ਸੀ, ਤੇ ਉੱਥੇ ਦੁਨੀਆਂ ਆਮ ਸੀ। ਉੱਥੇ ਕਰਦੇ ਫੋਨ ਇੱਕ ਦੂਜੇ ਨੂੰ, ਤੇ ਜੇ ਕੋਈ ਬੰਦਾ ਲੱਭਣਾ ਹੋਵੇ ਤਾਂ ਉੱਥੋਂ ਲੱਭਣਾ। ਇਹ ਵੀ ਗਏ ਸੀ ਦੇਖਣ ਉੱਥੇ, ਕਈਆਂ ਲਾਉਂਦੇ ਕਈਆਂ ਨਹੀਂ ਲਾਉਂਦੇ, ਤਾਂ ਬਹੁਤ ਫਿਆਸ ਪੈਂਦਾ ਸੀ ਸਾਡੇ ਤਾਇਆ ਦਾ ਪੁੱਤ, ਉਹ ਕਹਿੰਦੇ ਸਾਨੂੰ ਦੇਖਣ ਗਿਆ ਉੱਥੇ ਪਤਾ ਕਰਨ, ਉਹਨੂੰ ਚੱਕਰ ਲਿਆ ਉਹਨਾਂ ਕਿਹਾ ਤੁਹਾਡਾ ਰਕਬਾ ਪੁਆਤਾ ਪੱਕੇ ਨਜ਼ਾਰੇ, ਤਾਂ ਤੁਸੀਂ ਪੱਕੇ ਨਜ਼ਾਰੇ ਆ ਜਾਓ ਹੈ। ਉਹ ਇੱਥੋਂ ਆਉਣ ਚਲੇ ਗਏ, ਉਹ ਫਿਰ ਉੱਥੇ ਚਲੇ ਗਏ। ਅਸੀਂ ਦੋ ਘਰ ਸੀਗੇ ਸਾਡੇ ਉਹਨਾਂ ਦੇ, ਉੱਥੇ ਗਏ ਨਾਲ, ਅਸੀਂ ਰਾਤ ਨੂੰ ਨਿਕਲੇ ਚੋਰੀ, ਉੱਥੋਂ ਉਹ ਨਿਕਲ ਨਹੀਂ ਦਿੰਦਾ ਰਾਤ ਨੂੰ, ਅਸੀਂ ਫਿਰ ਸਹੀ ਤਰ੍ਹਾਂ ਸਾਰਾ ਸਾਡੇ ਜੀ ਸਾਰੇ ਸਹੀ ਤਰ੍ਹਾਂ ਇੱਥੇ ਪੱਕੇ ਜਿਹੜਾ ਤੁਸੀਂ ਆ ਗਏ। ਠੀਕ ਨਾਜ਼ਰੀਨ, ਅਸੀਂ ਪੱਕੇ ਜਡਿਆਲੇ ਪਿੰਡ ਚ ਮੌਜੂਦ ਇਹਨਾਂ ਬਜ਼ੁਰਗਾਂ ਕੋਲੋਂ 1947 ਦੀ ਕਹਾਣੀ ਤੁਹਾਡੀ ਰੂਬਰੂ ਪੇਸ਼ ਕੀਤੀ, ਔਰ ਤੁਹਾਨੂੰ ਦਿਖਾਇਆ ਕਿਹੜੇ ਕਿਹੜੇ ਹਾਲਾਤਾਂ ਚ ਗੁਜ਼ਰ ਕੇ ਪਾਕਿਸਤਾਨ ਤੱਕ ਪਹੁੰਚੇ, ਔਰ ਕਿਹੜੀਆਂ ਕਿਹੜੀਆਂ ਪੀੜਾਂ ਇਹਨਾਂ ਲੋਕਾਂ ਨੇ ਬਰਦਾਸ਼ਤ ਕੀਤੀਆਂ, ਫਿਰ ਅਸੀਂ ਪਾਕਿਸਤਾਨ ਹਾਸਲ ਕੀਤਾ। ਅਸੀਂ ਤੁਹਾਡੇ ਤੱਕ 1947 ਦੀ ਕਹਾਣੀ ਪੇਸ਼ ਕਰ ਰਹੇ ਸੀ, ਤੇ ਜਿਉਂਦੇ ਵਾਸਤੇ ਰਹੋ, ਫਿਰ ਲੈ ਕੇ ਆਵਾਂਗੇ ਨਵੀਂ ਕਹਾਣੀ ਦੇ ਨਾਲ, ਨਵੇਂ ਬਜ਼ੁਰਗਾਂ ਦੇ ਨਾਲ ਹਾਜ਼ਰ ਹੋਵਾਂਗੇ। ਸਾਨੂੰ ਹੁਣ ਇਜਾਜ਼ਤ ਦਿਓ ਜੀ, ਫਿਰ ਮਿਲਾਂਗੇ, ਰੱਬ ਰੱਖਾ ਜੀ। ਇੰਡੀਆ ਦਾ ਨਹੀਂ ਦਿਖਾਉਣਾ ਸਾਨੂੰ ਪਿੰਡ।